ਸਬਸਕ੍ਰਾਈਬ ਕਰੋ ਚੈਨਲ ਨੂੰ ਅਤੇ ਹਰ ਅਪਡੇਟ ਪਹਿਲਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੈਦਰਾਬਾਦ ਆਏ ਹੋਏ ਹਾਂ ਜੀ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਅਤੇ ਅਗਲਾ ਦਿਨ ਹੈ ਜੀ, ਬੜਾ ਪਿਆਰਾ ਦਿਨ ਚੜ੍ਹਿਆ। ਅਤੇ ਹੁਣ ਅਸੀਂ ਦੁਬਾਰਾ ਜਾ ਰਹੇ ਹਾਂ ਕੀਰਤਨ 'ਤੇ, ਅਤੇ ਤੁਸੀਂ ਅਸੀਸ ਬਖਸ਼ਿਸ਼ ਕਰਿਓ, ਸਤਿਗੁਰੂ ਜੀ ਕੀਰਤਨ ਦੀ ਹਾਜ਼ਰੀ ਆਪੇ ਤਰੁੱਪ ਕੇ ਲੈ ਲੈਣ ਜੀ। ਬਾਕੀ ਅਪਡੇਟਾਂ ਤੁਹਾਨੂੰ ਦਿੰਦੇ ਜਾਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦਾ ਨਿਰਮਲ ਭਉ ਤੇਰੇ ਹਿਰਦੇ ਅੰਦਰ ਹੋਣਾ ਚਾਹੀਦਾ। ਜਿਸ ਪਾਸੇ ਵੱਲ ਵੀ ਚੱਲ ਰਿਹਾ, ਤੇਰਾ ਇੱਕ ਇੱਕ ਕਦਮ ਜਿਹੜਾ ਹੈ ਅੱਗੇ ਵਧੇ, ਤੇ ਗੁਰੂ ਕੀ ਬਾਣੀ ਗੁਰੂ ਕਾ। ਜਦੋਂ ਅਸੀਂ ਆਪਣੇ ਵਿੱਚ ਔਗਣ ਵੇਖਣ ਲੱਗ ਪਏ, ਸਾਰਿਆਂ ਦੇ ਵਿੱਚ ਗੁਣ ਵੇਖਣ ਲੱਗ ਪਏ, ਤਾਂ ਕੋਈ ਫਰਕ ਨਾ ਹੋ ਜਾਂਦਾ। ਕੋਈ ਤੁਹਾਡਾ ਬੁਰਾ ਵੀ ਕਰਦੇ, ਪਰ ਉਹਦਾ ਬੁਰਾ ਨਾ ਚੱਕੇ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੁੰਦਾ। ਬਾਣੀ ਵਿੱਚ ਥਾਂ ਥਾਂ ਲਿਖਿਆ ਹੋਇਆ ਕਿ ਹਰ ਇੱਕ ਜੀਵ ਪਰਮਾਤਮਾ ਰੂਪ ਹੋ ਕੇ ਵੇਖੋ, ਕਿ ਹਰ ਇੱਕ ਦੇ ਅੰਦਰ ਪਰਮਾਤਮਾ ਵਸਦਾ ਹੈ।
ਰਣਜੀਤ ਸਿੰਘ ਜੀ ਬਹੁਤ ਸਾਰਾ ਪਰਿਵਾਰ ਬੜਾ ਪਿਆਰ ਵਾਲਾ ਅਤੇ ਕੁਛ ਪਿਆਰ ਨਾਲ ਗਿਫਟ ਲੈ ਕੇ ਆਏ ਨੇ ਅਤੇ ਕਹਿੰਦੇ ਅਨਬੋਕਸਿੰਗ ਕਰੋ ਦਸਾਂ ਪਾਤਸ਼ਾਹੀਆਂ ਬਹੁਤ ਹੀ ਖੂਬਸੂਰਤ ਇੱਧਰ ਆ ਰਿਹਾ ਇੱਧਰ ਸਗੋਂ ਨਹੀਂ ਰਹੋ ਬਹੁਤ ਕੁਛ ਸਤਿਗੁਰ ਦੇ ਸੇਵਕ ਹਾਂ ਚਲੋ ਫਿਰ ਨਦੀ ਨਾ ਸੰਜੋਗੀ ਮਿਲੇ ਕਵੀ ਰਾਤ ਕਿਸਮਤ ਰਹੀ ਦੇ ਤੁਹਾਡੇ ਦਰਸ਼ਨ ਫਿਰ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਗਲਤੀ ਮਾਫ ਨਹੀਂ ਅੱਛਾ ਜੀ ਬੜੀ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੀ ਦੋ ਕੀਰਤਨ ਸਮਾਗਮਾਂ ਦੀ ਸਮਾਪਤੀ ਹੋ ਚੁੱਕੀ ਹੈ ਅਤੇ ਬਹੁਤ ਹੀ ਆਨੰਦ ਆਇਆ ਕੀਰਤਨ ਕਰਕੇ ਸੰਗਤਾਂ ਨੇ ਬਹੁਤ ਪਿਆਰ ਬਖਸ਼ਿਸ਼ ਕੀਤਾ ਅਤੇ ਜਦੋਂ ਸੰਗਤ ਪਿਆਰ ਨਾਲ ਕੀਰਤਨ ਸੁਣ ਰਹੀ ਹੋਵੇ ਤਾਂ ਕੀਰਤਨੀਆਂ ਨੂੰ ਆਪਣੇ ਆਪ ਆਨੰਦ ਆਉਂਦਾ ਕੀਰਤਨ ਕਰਕੇ ਅਤੇ ਬੜੀਆਂ ਅਸੀਸਾਂ ਅਤੇ ਮਾਲਕ ਨੇ ਬੜੀ ਮਿਹਰਾਮਤ ਕੀਤੀ ਹੈ ਜੋ ਕੀਰਤਨ ਦੀ ਸੇਵਾ ਲੈ ਲਈ ਹੈ ਕਿਉਂਕਿ ਸਤਿਗੁਰ ਦੀ ਬਖਸ਼ਿਸ਼ ਤੋਂ ਬਗੈਰ ਕੀਰਤਨ ਕਰ ਹੀ ਨਹੀਂ ਸਕਦੇ ਅਸੀਂ ਅਤੇ ਇਹ ਸਤਿਗੁਰ ਜੀ ਦੀ ਖਾਸ ਬਖਸ਼ਿਸ਼ ਹੋਵੇ ਅਤੇ ਕੀਰਤਨ ਸਤਿਗੁਰ ਆਪ ਤੁਰ ਕੇ ਕਰਾ ਲੈਂਦੇ ਹੈ ਸੋ ਸਾਰੀਆਂ ਹੈਦਰਾਬਾਦ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਅਤੇ ਜਿਨ੍ਹਾਂ ਨੇ ਘਰ ਬੈਠਿਆਂ ਵੀ ਕੀਰਤਨ ਸੁਣਿਆ ਲਾਈਵ ਸੁਣਿਆ ਤਿੰਨਾਂ ਦਾ ਵੀ ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਯੂਟਿਊਬ ਚੈਨਲ 'ਤੇ ਵੀ ਸਾਡਾ ਲਾਈਵ ਆ ਰਿਹਾ ਸੀਗਾ ਉਹਨਾਂ ਨੇ ਸੁਣਿਆ ਅਤੇ ਇੰਨਾ ਪਿਆਰ ਬਖਸ਼ਿਸ਼ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਜੋ ਤੁਸੀਂ ਸਾਰੇ ਇੰਨਾ ਪਿਆਰ ਇੰਨੀਆਂ ਅਸੀਸਾਂ ਬਖਸ਼ਿਸ਼ ਕਰਦੇ ਹੋ ਜੀ ਸੋ ਪ੍ਰਬੰਧਕ ਵੀਰਾਂ ਵੱਲੋਂ ਬੜਾ ਸੋਹਣਾ ਉਪਰਾਲਾ ਕੀਤਾ ਗਿਆ ਬਹੁਤ ਹੀ ਉੱਦਮ ਨਾਲ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਸਾਰੇ ਸਮਾਗਮ ਬਹੁਤ ਸੁਚੱਜੇ ਤਰੀਕੇ ਨਾਲ ਉਲੀਕੇ ਅਤੇ ਇਹਨਾਂ ਦਾ ਵੀ ਬੜਾ ਧੰਨਵਾਦ ਉਹਨਾਂ ਨੇ ਆ ਮੋਮੈਂਟੋ ਮੈਨੂੰ ਦਿੱਤਾ ਬੜਾ ਹੀ ਪਿਆਰਾ ਸੋ ਤੁਸੀਂ ਵੇਖ ਸਕਦੇ ਹੋ 550 ਸਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਸੋ ਉਸ ਸਮਾਗਮ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਸਾਰੇ ਸਮਾਗਮ ਉਲੀਕੇ ਗਏ ਸਨ ਸੋ ਬੜਾ ਹੀ ਆਨੰਦ ਆਇਆ ਕੀਰਤਨ ਕਰਕੇ ਸੋ ਅਸੀਂ ਹੋਟਲ ਵਾਪਸ ਆ ਗਏ ਹਾਂ ਜੀ ਅਤੇ ਕੁਛ ਸਮਾਂ ਇੱਥੇ ਰੈਸਟ ਕਰਾਂਗੇ ਅਤੇ ਫਿਰ ਉਸ ਤੋਂ ਬਾਅਦ ਏਅਰਪੋਰਟ ਨੂੰ ਜਾਣਾ ਜੀ ਵਾਪਸੀ ਅੰਮ੍ਰਿਤਸਰ ਦੀ ਫਲਾਈਟ ਹੈ ਜੀ ਬਾਕੀ ਅਪਡੇਟਾਂ ਤੁਹਾਨੂੰ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲਾਈਵ ਬੰਦ ਕਰ ਦਈਏ ਪਰੇ ਕਰ ਦਈਏ ਇਹਨੂੰ ਬਲੌਕ ਖਰਾਬ ਕਰ ਰਹੀ ਹੈ ਸੋ ਜੀ ਹੁਣ ਹੈਦਰਾਬਾਦ ਦੇ ਸਮਾਗਮਾਂ ਤੋਂ ਬਾਅਦ ਅਸੀਂ ਜਾ ਰਹੇ ਹਾਂ ਜੀ ਵਾਪਸੀ ਅੰਮ੍ਰਿਤਸਰ ਸਿੱਧਾ ਏਅਰਪੋਰਟ 'ਤੇ ਆਪਾਂ ਪਹੁੰਚਾਂਗੇ ਇੱਥੋਂ ਹੈਦਰਾਬਾਦ ਤੋਂ ਡਾਇਰੈਕਟ ਫਲਾਈਟ ਹੈ ਸਾਡੀ ਅਤੇ ਜਾ ਕੇ ਅਤੇ ਫਿਰ ਰਾਤ ਤੱਕ ਮੈਂ ਖਿਆਲ ਲੇਟਰ ਪਹੁੰਚ ਜਾਵਾਂਗੇ ਅਤੇ ਫਿਰ ਰੈਸਟ ਕਰਾਂਗੇ ਜੀ ਅਤੇ ਉੱਥੇ ਫਿਰ ਵਲੌਗ ਦੀ ਸਮਾਪਤੀ ਕਰ ਦਿਆਂਗੇ ਅਤੇ ਬਾਕੀ ਅਪਡੇਟਾਂ ਫਿਰ ਤੁਹਾਨੂੰ ਅਗਲੇ ਵਲੌਗਾਂ 'ਚ ਦੇਵਾਂਗੇ ਜੀ ਜਿਹੜੇ ਨੈਕਸਟ ਸਮਾਗਮ ਹੋਣਗੇ ਫਿਰ ਉਹ ਤੁਹਾਨੂੰ ਨਾਲ ਨਾਲ ਹੋਰ ਵੀ ਅਪਡੇਟਾਂ ਦੇਵਾਂਗੇ ਸੋ ਹੁਣ ਦੀ ਅਪਡੇਟ ਇਹ ਹੈ ਜੀ ਅਸੀਂ ਜਾ ਰਹੇ ਹਾਂ ਏਅਰਪੋਰਟ ਅਤੇ ਬਾਕੀ ਮਾੜਾ ਮੋਟਾ ਤੁਹਾਨੂੰ ਰਾਜ ਹੋਰ ਦਿਖਾਉਂਦੇ ਜਾਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਫਾਈਨਲੀ ਏਅਰਪੋਰਟ 'ਤੇ ਪਹੁੰਚ ਗਏ ਹੁਣ ਫਲਾਈਟ ਦਾ ਟਾਈਮ ਹੋ ਗਿਆ
ਆ ਨਾ ਬੋਰਡਿੰਗ ਪਾਸ ਆ, ਇਹਦੇ ਚ ਲਿਖਿਆ ਸਪੈਸ਼ਲ ਸਰਵਿਸਿਜ਼, ਪਹਿਲੇ ਲਿਖਿਆ ਨਿਲ। ਓਕੇ, ਇਹ ਸਪੈਸ਼ਲ ਸਰਵਿਸਿਜ਼ ਦੇ ਵਿੱਚ ਨਿਲ ਮਿਲੇਗਾ ਅੱਜ ਸਾਨੂੰ, ਨਿਲ ਮਿਲੇਗਾ ਅੱਜ। ਯਾਰ ਇਹ ਆਈਟਮ ਨਹੀਂ ਅੱਗੇ ਮਿਲੀ ਆਪਾਂ ਨੂੰ ਕਦੀ, ਅੱਜ ਮਿਲੇਗੀ ਨਹੀਂ। ਇੱਕ ਹੋਰ ਚੀਜ਼ ਦੱਸਣੀ ਭਾਜੀ, ਆ ਨਿਲ ਇਹ ਪਵਿੱਤਰ ਥਾਂ ਹੋਇਆ ਜਿੱਥੇ ਸਭ ਤੋਂ ਜ਼ਿਆਦਾ ਮੈਨੂੰ ਟਾਈਮ ਲੱਗਦਾ ਲੱਗਣ। ਕ੍ਰਿਕਟ ਤੇ ਬਹੁਤ ਵਾਰੀ ਸੁਣਿਆ ਹਣਾ ਬੋਲ, ਪਰ ਤ੍ਰਿਪਕਿਟ ਸੁਣਿਆ ਤੁਸੀਂ ਕਦੀ? ਨਹੀਂ। ਓਹ ਵੇਖੋ ਕਿੱਥੇ, ਓਏ ਹੁਣ ਤ੍ਰਿਪਕਿਟ, ਅੱਛਾ ਉਹ ਤ੍ਰਿਪਕਿਟ ਤ੍ਰਿਪਕਿਟ ਦਾਦਾ ਤ੍ਰਿਪਕਿਟ ਤ੍ਰਿਪਕਿਟ ਲਗਾਤਾਰ ਕਿੱਦਾਂ ਮੈਂ ਤ੍ਰਿਪਕਿਟ ਤੋਂ ਬੋਲ। ਕਿਸੇ ਨੇ ਦੱਸਿਆ ਸੀਗਾ ਕਿ ਇਹ ਡਰਿੰਕ ਬੜੀ ਅੱਛੀ ਹੁੰਦੀ ਹੈ, ਮੋਗੂ ਮੋਗੂ। ਬਾਕੀ ਪੀ ਕੇ ਦੇਖਦੇ ਹਾਂ ਕਿਦਾਂ। ਮੋਗੂ ਮੋਗੂ ਦੋ ਵਾਰੀ ਹੈ, ਦੋ ਵਾਰੀ, ਅੱਛਾ ਦੋ ਵਾਰੀ ਮੋਗੂ ਮੋਗੂ ਦਾ, ਮੋਗੂ ਮੋਗੂ ਦਾ, ਮੋਗੂ ਮੋਗੂ ਦਾ, ਤ੍ਰਿਪਕਿਟ ਤ੍ਰਿਪਕਿਟ ਮੋਗੂ ਮੋਗੂ ਤ੍ਰਿਪਕਿਟ ਨਵਾਂ ਬੋਲ ਆਇਆ, ਨੋਟ ਕਰਿਓ ਜੈਕਟ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ 23 ਨੰਬਰ ਗੇਟ ਲੱਭਦੇ ਰਹਿ ਗਏ, ਪਰ ਬਾਅਦ ਵਿੱਚ ਪਤਾ ਲੱਗਾ ਕਿ 23 ਨੰਬਰ ਸਾਡੀ ਸੀਟ ਹੈ, ਅਤੇ 104 ਨੰਬਰ ਗੇਟ ਸੀਗਾ, ਅਤੇ 104 ਨੰਬਰ 'ਤੇ ਪਹੁੰਚਦਿਆਂ ਪਹੁੰਚਦਿਆਂ ਅਸੀਂ ਲੇਟ ਹੋ ਗਏ। ਸੋ ਅਸੀਂ ਲਾਸਟ 3 ਜਣੇ ਬਚੇ ਸੀਗੇ, ਸੋ ਬੱਸ ਵਿੱਚ ਹੁਣ ਬੈਠੇ ਹਾਂ। ਤੁਸੀਂ ਵੇਖੋ ਬੱਸ ਸਾਰੀ ਖਾਲੀ ਪਈ ਹੋਈ ਹੈ, ਸਿਰਫ ਅਸੀਂ ਹਾਂ 3 ਜਣੇ ਬੱਸ। ਮੈਨੂੰ ਲੱਗਦਾ ਕੋਈ ਹੋਰ ਵੀ ਸਾਡੇ ਵਰਗਾ ਆ ਰਿਹਾ, ਜੇ ਬੱਸ ਬੰਦ ਨਹੀਂ ਕਰ ਰਹੇ। ਅਸੀਂ ਮੋਗੂ ਦੇ ਸਵਾਦ 'ਚ ਨਾ ਭੁੱਲ ਗਏ ਹਾਂ, ਡਰਿੰਕ ਬਹੁਤ ਸੱਚੀ ਅੱਛੀ ਹੈ ਮੋਗੂ ਮੋਗੂ। ਹਾਂ, ਉਹ ਸਾਨੂੰ ਨਾ ਪਤਾ ਨਹੀਂ ਲੱਗਾ, ਨਹੀਂ ਤਾਂ ਇੱਦਾਂ ਦੀ ਗਲਤੀ ਕਦੀ ਹੋਈ ਨਹੀਂ। ਅਸਲ ਵਿੱਚ ਨਾ ਉਹ 23 ਨੰਬਰ ਮੋਟਾ ਮੋਟਾ ਲਿਖਿਆ ਸੀਗਾ, ਅਸੀਂ ਸਮਝਿਆ 23 ਨੰਬਰ ਹੀ ਗੇਟ ਆ, ਉਹ ਪੜ੍ਹਿਆ ਨਹੀਂ ਹੈ ਕਿ ਗੇਟ ਨੰਬਰ ਸੀਗਾ ਕਿ ਸੀਟ ਨੰਬਰ ਸੀਗਾ। ਆਹ 23 ਲਿਖਿਆ ਹੋਇਆ, ਇਹ ਦੇਖੋ, ਅਤੇ ਐਕਚੁਲੀ ਗੇਟ ਨੰਬਰ ਸੀਗਾ 104। ਚਲੋ ਭੁੱਲ ਚੁੱਕ ਦੇ ਖੇਮਾ, ਮਾਫੀ ਚਾਹੁੰਦੇ ਹਾਂ। ਆ ਗਏ ਜਹਾਜ਼ ਦੇ ਬਾਹਰ ਹੀ ਆ ਬਸ, ਆ ਗਏ ਆ ਗਏ। ਹਾਂਜੀ ਮਹਾਰਾਜ, ਬਹੁਤ ਅੱਛੇ। ਹਾਂਜੀ, ਵਾਪਸ ਜਾ ਰਹੇ ਹਾਂ ਜੀ ਅੰਮ੍ਰਿਤਸਰ ਸਿੱਧਾ ਇੱਥੋਂ। ਫਾਈਨਲੀ ਮੈਂ ਪੁੱਜ ਗਏ। ਹਾਂ ਭਾਜੀ ਕਹਿ ਰਹੇ ਸੀਗੇ, ਮੈਂ ਤਾਂ ਭਾਜੀ ਕਹਿੰਦੇ ਮੈਂ ਇੱਦਾਂ ਕਰਕੇ ਜਹਾਜ਼ ਰੱਖਿਆ ਸੀਗਾ, ਕਹਿੰਦੇ ਸੀ ਜੇ ਅਸੀਂ ਸਰਟੀਫਿਕੇਟ ਕਰ ਰਹੇ ਸੀ ਜੇ ਅਸੀਂ ਜਹਾਜ਼ ਤੁਰ ਪੈਂਦਾ ਕਹਿੰਦੇ ਚੇਨ ਖਿੱਚਦੇ ਨਹੀਂ ਜਹਾਜ਼ ਦੀ। ਸੋ ਇਹ ਚੇਨ ਖਿੱਚਣ ਲਈ ਤਿਆਰ ਸੀਗੇ, ਕਹਿੰਦੇ ਅਸੀਂ ਜਿੱਦਾਂ ਮਰਜ਼ੀ ਹੋ ਜਾਵੇ ਤੁਹਾਨੂੰ ਲੈ ਕੇ ਜਾਣਾ ਹੈ, ਬਟ ਚਲੋ ਮਾਰੇ ਦੀ ਕਿਰਪਾ ਨਾਲ ਲੋੜ ਹੀ ਨਹੀਂ ਪਈ ਚੇਨ ਚੂਨ ਦੀ, ਅਤੇ ਬਾਕੀ ਦੀ ਅਪਡੇਟ ਦਿੰਦੇ ਹਾਂ। ਸਭ ਤੋਂ ਵਧੀਆ ਗੱਲ ਇਹ ਹੈ ਕਿ ਅੱਜ ਪਾਇਲਟ ਦਾ ਨਾਮ ਵੀ ਗਗਨਦੀਪ ਸਿੰਘ ਹੈ, ਅਤੇ ਸਹੀ ਗੱਲ, ਅੱਜ ਮਾਣ ਵਾਲੀ ਗੱਲ ਹੈ। ਅੱਜ ਹਿੱਲੂਗਾ ਨਹੀਂ ਯਾਰ, ਉਹ ਯਾਰ ਆਂਦੀ ਰਹੀ ਬਹੁਤ ਹਿੱਲਿਆ ਸੀ, ਬਹੁਤ ਜ਼ਿਆਦਾ, ਬਹੁਤ ਬਹੁਤ ਸੀ, ਖਰਾਬ ਹੋ ਗਈ ਸੀ, ਪਤਾ ਨਹੀਂ ਸੇਮ ਹੋਇਆ ਸੀਗਾ ਬਹੁਤ, ਅਤੇ ਲੈਂਡਿੰਗ ਕਰਦਿਆਂ ਨੇ ਬਹੁਤ ਗੰਦੀ ਲੈਂਡਿੰਗ ਕੀਤੀ ਸੀ। ਬਾਕੀ ਹੁਣ ਪਾਇਲਟ ਜਿਹੜਾ ਉਹ ਗਗਨਦੀਪ ਸਿੰਘ ਨਾਮ ਤੋਂ, ਸਹੀ ਗੱਲ ਹੈ, ਵਧੀਆ ਲੈਂਡਿੰਗ ਕਰੇਗਾ ਮੇਰੇ ਹਿਸਾਬ ਨਾਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਗੇ ਕਰੋ ਥੋੜ੍ਹਾ ਜਿਹਾ। ਸੋ ਜੀ, ਹੈਦਰਾਬਾਦ ਤੋਂ ਅੰਮ੍ਰਿਤਸਰ ਲੈਂਡ ਕਰ ਗਏ ਅਤੇ ਉੱਥੇ ਗੱਡੀ ਖੜ੍ਹੀ ਸੀ ਸਾਡੀ ਪਾਰਕਿੰਗ ਦੇ ਵਿੱਚ, ਅਤੇ ਗੱਡੀ ਚੁੱਕੀ ਹੈ ਜੀ। ਹੁਣ ਅਸੀਂ ਜਾ ਰਹੇ ਹਾਂ ਵਾਪਸੀ ਜਲੰਧਰ ਜੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਪਿਆਰ ਬਖਸ਼ਿਸ਼ ਕਰਦੇ ਹੋ, ਅਸੀਸਾਂ ਬਖਸ਼ਿਸ਼ ਕਰਦੇ ਹੋ। ਇਸੇ ਤਰ੍ਹਾਂ ਅਸੀਸਾਂ ਅਤੇ ਪਿਆਰ ਹਮੇਸ਼ਾ ਬਖਸ਼ਿਸ਼ ਕਰਦੇ ਰਹਿਣਾ ਹਮੇਸ਼ਾ ਲੋੜ ਹੈ। ਸੋ ਅੱਜ ਦੇ ਵਲੌਗ ਦੀ ਅਸੀਂ ਇੱਥੇ ਸਮਾਪਤੀ ਕਰਦੇ ਹਾਂ ਜੀ, ਅਤੇ ਅਗਲਾ ਵਲੌਗ ਤੁਹਾਡੇ ਲਈ ਫਿਰ ਜਲਦੀ ਲੈ ਕੇ ਆਵਾਂਗੇ। ਨਵੇਂ ਸਫ਼ਰ 'ਤੇ ਚੱਲਾਂਗੇ, ਨਵੀਆਂ ਨਵੀਆਂ ਚੀਜ਼ਾਂ ਦੇਖਾਂਗੇ ਅਤੇ ਕੀਰਤਨ ਸ਼੍ਰਵਣ ਕਰਾਂਗੇ, ਸਤਿਗੁਰਾਂ ਦੀ ਬਾਣੀ ਨਾਲ ਜੁੜਾਂਗੇ ਜੀ। ਇਸ ਵਕਤ ਲਈ ਇੰਨੀ ਹਾਜ਼ਰੀ ਪ੍ਰਵਾਨ ਕਰੋ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਗੱਲ ਕਹਿਣੀ ਭੁੱਲ ਗਿਆ, ਜੇ ਵਲੌਗ ਪਸੰਦ ਆਇਆ ਤੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਬਿਲਕੁਲ, ਤੇ ਯਾਦ ਨਾਲ ਲਾਲ ਬਟਨ ਥੱਲੇ ਲੱਗਾ ਹੋਇਆ ਉਹਨੂੰ ਵੀ ਦਬਾ ਲਿਓ, ਤੇ ਜਿਹੜੀ ਕੀ ਕਹਿੰਦੇ ਉਹਨੂੰ ਬੈਲ ਆਈਕਨ ਉਹਨੂੰ ਵੀ ਦਬਾ ਲਿਓ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।